ਤੇ ਹਾਂਜੀ ਬਾਈ ਜੀ, ਵੈਲਕਮ ਬੈਕ ਮਾਈ ਯੂਟਿਊਬ ਚੈਨਲ ਦਾ ਲਾਈਫ ਬਲੌਗ ਟੀਵੀ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅਤੇ ਅੱਜ ਆਪਾਂ ਲਾਈ ਹੋਈ ਆ ਮਸ਼ੀਨ ਜੀ 10 ਬੀਘਿਆਂ ਦੇ ਵਿੱਚ, ਪਰਮਾਤਮਾ ਦੀ ਮਿਹਰ ਨਾਲ 10 ਤੋਂ ਸ਼ਾਇਦ 11 ਵੀ ਹੋ ਸਕਦੇ ਨੇ, 11 ਬੀਘਿਆਂ ਦਾ ਹੈਗਾ ਟੱਕ ਇਹ ਇਕੱਠਾ। ਅਤੇ ਬਾਕੀ ਅੱਜ ਤੁਹਾਨੂੰ ਕੀ ਕਹੀਏ ਜੀ, ਬੜੀ ਦੁੱਖ ਦੀ ਗੱਲ ਆ। ਅਤੇ ਆਪਣੀ ਵਾਢੀ ਦਾ ਟਾਈਮ ਐਨ ਵਧੀਆ ਚੱਲ ਰਿਹਾ, ਅਜੇ ਹੁਣ ਸੁੱਕੀਆਂ ਜੀ ਕਣਕਾਂ ਐਨ ਵਧੀਆ ਹੋਈਆਂ ਸੀਗੀਆਂ, ਬਿਲਕੁਲ ਓਕੇ ਰਿਪੋਰਟ ਆ। ਠੀਕ ਆ ਜੀ, ਹੁਣ ਪੜ੍ਹਾਈ ਦਾ ਕੰਮ ਮਤਲਬ ਸ਼ੁਰੂ ਹੋਇਆ ਸੀਗਾ ਥੋੜ੍ਹਾ ਜਿਹਾ ਤੇਜ਼ੀ ਨਾਲ, ਅਤੇ ਰੱਬ ਦਾ ਕਹਿਰ ਦੇਖ ਲਓ ਜੀ, ਇਹੋ ਜਿਹਾ ਇੱਕ ਪਾਸੇ ਤਾਂ ਸੂਰਜ ਨਿਕਲਿਆ ਹੋਇਆ ਦੇਖੋ ਬਿਲਕੁਲ, ਠੀਕ ਆ ਜੀ, ਅਤੇ ਇੱਕ ਪਾਸੇ ਆ ਗਿਆ ਜੀ ਬੱਦਲ, ਅਤੇ ਆਹ ਦੇਖੋ ਜੀ ਇੱਕ ਪਾਸੇ ਕਾਲੀ ਘਾਟ ਥੋੜ੍ਹੀ ਥੋੜ੍ਹੀ ਛਾਉਣ ਲੱਗ ਗਈ। ਬਾਕੀ ਰੱਬ ਦਿਆਂ ਰੰਗਾਂ ਨੂੰ ਜੀ ਕੋਈ ਨਹੀਂ ਟਾਲਦਾ, ਠੀਕ ਆ, ਨਾ ਆਪਾਂ ਟਾਲ ਸਕਦੇ ਹਾਂ, ਕੁਦਰਤ ਦੇ ਅੱਗੇ ਸਭ ਕੁਛ ਫੇਲ ਆ ਜੀ, ਹੁਣ ਕੀ ਕਹਿ ਸਕਦੇ ਹਾਂ। ਆਹ ਦੇਖੋ ਜੀ ਕਾਲੀ ਘਾਟ ਉੱਠਦੀ ਆ, ਅਤੇ ਆਪਣੀ ਮਸ਼ੀਨ ਚੱਲਦੀ ਸੀਗੀ ਜੀ, ਹੁਣ ਉੱਥੋਂ ਦਾਣੇ ਕੱਢਦੇ ਸੀਗੇ। ਆਹ ਦੇਖੋ ਜੀ ਬੱਦਲ ਬਹੁਤ ਹੀ ਜ਼ਿਆਦਾ ਗਰਜਦਾ, ਅਤੇ ਬਾਕੀ ਦੇਖੋ ਜੀ ਬੱਦਲ ਬਹੁਤ ਹੀ ਜ਼ਿਆਦਾ ਗਰਜਦਾ। ਬਾਕੀ ਕਹਿੰਦੇ ਨਹੀਂ ਹੁੰਦੇ, ਇੱਕ ਕਹਾਵਤ ਆ ਕਹਿੰਦਾ ਜੋ ਗਰਜਦੇ ਹੈ ਉਹ ਵਰਸਦੇ ਨਹੀਂ, ਉਹੀ ਲੱਗਦਾ ਜੀ ਉਹੋ ਜਿਹਾ ਕੰਮ ਹੋ ਜਾਵੇ ਤਾਂ ਬੜਾ ਵਧੀਆ, ਕਿਉਂਕਿ ਹੁਣ ਅੱਜ ਆਪਣੀ ਇਕੱਠੇ ਟੱਕ ਦੇ ਵਿੱਚ ਚੱਲੀ ਸੀ ਮਸ਼ੀਨ, ਅਤੇ ਨਹੀਂ ਤਾਂ ਅੱਗੇ ਪੰਜ ਚਾਰ ਬੀਘੇ ਮਿਲਦੇ ਰਹਿੰਦੇ ਸੀਗੇ, ਅਤੇ ਆ ਹੁਣ ਆਪਾਂ ਨੂੰ ਅੱਜ 10 ਬੀਘਿਆਂ ਦਾ ਇਕੱਠਾ ਮਿਲਿਆ ਸੀ ਟੱਕ। ਅਤੇ ਵੱਢਣ ਵਾਢੀ ਦਾ ਪੂਰਾ ਜ਼ੋਰ ਆ ਜੀ, ਬੰਦੇ ਉਹ ਉੱਥੇ ਖੜ੍ਹੇ ਨੇ ਟਰੈਕਟਰ ਕੋਲ ਆਪਣੇ ਮਗਰ ਵੱਢ ਦਿਉ, ਹਮਾਰੀ ਵੱਢ ਦਿਉ, ਕਿਉਂਕਿ ਇਹ ਮੀਂਹ ਤੋਂ ਬਹੁਤ ਚੱਲਦੇ ਨੇ ਜੀ, ਅਤੇ ਵੀ ਪਾਣੀ ਗਿਰ ਜਾਏਗਾ ਐਂ ਕਹਿੰਦੇ ਨੇ ਜੀ। ਬਾਕੀ ਅੱਜ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਦੀਪਾ ਬਾਈ ਸਟਾਰਟਿੰਗ ਦੇ ਵਿੱਚ ਚੜ੍ਹਿਆ ਹੋਇਆ, ਅਤੇ ਚਾਰ ਚਾਰ ਗੇੜੇ ਲੱਗ ਗਏ ਨੇ ਸਾਈਡਾਂ 'ਤੇ, ਅਤੇ ਬਾਕੀ ਲਓ ਜੀ ਮੈਨੂੰ ਲੱਗਦਾ ਹੁਣ ਸੂਰਜ ਸਾਹਮਣੇ ਵੀ ਬੱਦਲ ਆ ਗਿਆ। ਹੁਣ ਆਪਣੀ ਮਸ਼ੀਨ ਚੱਲਦੀ ਆ ਜੀ ਘੱਟੋ ਘੱਟ 10 ਬੀਘਿਆਂ ਦੇ ਵਿੱਚ, ਅਤੇ ਪਰਮਾਤਮਾ ਦੀ ਮਿਹਰ ਨਾਲ ਅੱਜ ਆਪਾਂ ਸਵੇਰੇ 10 ਬੀਘਿਆਂ ਦੇ ਵਿੱਚ ਵੜੇ ਹਾਂ, ਅਤੇ ਅੱਜ ਆਪਾਂ ਨੂੰ ਥੋੜ੍ਹੀ ਜ਼ਿਆਦਾ ਮਿਲਿਆ ਕੰਮ, ਨਹੀਂ ਤਾਂ ਪੰਜ ਚਾਰ ਨਾ 3 ਤੱਕ ਆਪਾਂ ਨੂੰ ਬੀਘੇ ਮਿਲੇ ਨੇ। ਅਤੇ ਅੱਜ ਨਿਕਲੀ ਹੋਈ ਇੱਕ ਪਾਸੇ ਸੂਰਜ ਨਿਕਲਿਆ ਹੋਇਆ ਐਨ ਵਧੀਆ, ਅਤੇ ਇੱਕ ਪਾਸੇ ਕੀ ਹੋਇਆ ਅਚਾਨਕ ਹੀ ਕੁਦਰਤ ਦੇ ਰੰਗ ਦੇਖ ਲਓ ਜੀ, ਰੱਬ ਦੇ ਰੰਗਾਂ ਨੂੰ ਕੋਈ ਨਹੀਂ ਜੀ ਟਾਲ ਸਕਦਾ, ਇੱਕ ਪਾਸੇ ਬੱਦਲ ਚੜ੍ਹਾ ਆ ਜੀ ਬਹੁਤ ਜ਼ਿਆਦਾ, ਅਤੇ ਹਜੇ ਫਿਲਹਾਲ ਤਾਂ ਮੈਨੂੰ ਲੱਗਦਾ ਠੀਕ ਠਾਕ ਆ, ਜਾਣੀ 'ਚ ਇੰਨਾ ਨਹੀਂ ਹੈਗਾ, ਫਿਰ ਵੀ ਇੱਕ ਪਾਸੇ ਕਾਲੀ ਘਾਟ ਚੜ੍ਹਿਆ ਜੀ ਬਹੁਤ ਜ਼ਿਆਦਾ, ਬਹੁਤ ਹੀ ਜ਼ਿਆਦਾ ਤੇਜ਼ ਆ ਜੀ, ਅਤੇ ਇੱਕ ਪਾਸੇ ਬਿਲਕੁਲ ਸਾਫ਼ ਪਿਆ ਜੀ। ਬਾਕੀ ਹੁਣ ਆਪਾਂ ਕੁਦਰਤ ਦੇ ਅੱਗੇ ਤਾਂ ਆਪਾਂ ਚੱਲ ਨਹੀਂ ਸਕਦੇ, ਅਤੇ ਆਹ ਦੇਖੋ ਜੀ ਇੱਕ ਪਾਸੇ ਬਿਲਕੁਲ ਠੀਕ ਆ, ਅਤੇ ਇੱਕ ਪਾਸੇ ਬੱਦਲ ਆ ਜੀ, ਬੱਦਲ ਆ ਗਿਆ ਜੀ। ਬਾਕੀ ਦੇਖਦੇ ਹਾਂ ਪਰਮਾਤਮਾ ਦੀ ਮਿਹਰ ਨਾਲ ਆਪਾਂ ਇਹ ਵੱਢ ਦੇਣਾ, ਜਾਂ ਬੀਘੇ ਜਿੰਨੇ ਵੀ ਹੈਗੇ ਨੇ ਆਪਾਂ ਬੀਘੇ ਵੱਢ ਦੇਣੇ ਨੇ। ਅਤੇ ਆਪਣੀ ਮਸ਼ੀਨ ਫਿਲਹਾਲ ਹੁਣ ਉਹ ਦਾਣੇ ਕੱਢਦੀ ਹੈ ਜੀ, ਟਰੈਕਟਰ ਟਰਾਲੀ ਲਾਤੀ ਦਾਣੇ ਕੱਢਤੇ ਜੀ, ਹੁਣ ਆਪਣੀ ਮਸ਼ੀਨ ਚੱਲੂਗੀ ਉੱਧਰੋਂ ਇੱਧਰ ਨੂੰ। ਅਤੇ ਆ ਬੱਦਲ ਚੜ੍ਹਾਇਆ ਜੀ ਬਹੁਤ ਜ਼ਿਆਦਾ। ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਬਣੇ ਰਹੋ ਵੀਡੀਓ ਨਾਲ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ। ਅਤੇ ਇੱਧਰ ਜ਼ਿਆਦਾਤਰ ਖੇਤੀ ਦੇਖੀ ਜਾਵੇ ਤਾਂ ਗੁਜਰਾਤ ਦੇ ਵਿੱਚ ਰਿੰਡ ਅਤੇ ਕਪਾਹ ਬਹੁਤ ਹੀ ਜ਼ਿਆਦਾ, ਅਤੇ ਬਾਕੀ ਆਪਣੇ ਕਣਕ ਇਹ ਗੇਹੂੰ ਕਹਿ ਦਿੰਦੇ ਨੇ ਕਣਕ ਨੂੰ, ਬਾਕੀ ਇਹ ਫਸਲਾਂ ਦਾ ਚੱਲਦਾ ਜੀ। ਬਾਕੀ ਇਹ ਤੋਂ ਬਾਅਦ ਜੀਰਾ ਵੀ ਨਾਲ ਹੁੰਦੀ ਕੱਢੀ ਜਾਂਦੇ ਹਾਂ, ਅਤੇ ਕਦੇ ਕਦੇ ਮਿਲ ਜਾਂਦਾ। ਲਓ ਜੀ ਦੀਪਾ ਬਾਈ ਹੱਥ ਮਾਰਦਾ ਜੀ, ਕਰੋ ਇੰਜੋਏ ਵੀਡੀਓ। ਸਵਰਾਜ ਕੰਬਾਈਨ 8100 ਮਾਡਲ 2001। ਕੱਪੜਾ ਪੜ ਗਿਆ ਸੀਗਾ ਜੀ, ਕੰਡੇ ਝਾੜੀਆਂ 'ਚ ਫਸ ਗਈ ਸੀਗੀ ਮਸ਼ੀਨ, ਇੱਕ ਪਾਸੇ ਮਾੜਾ ਹੀ ਪੂੰਛਦਾ ਲੱਗ ਗਿਆ ਸੀਗਾ, ਅਤੇ ਇਸ ਕਰਕੇ ਕੱਪੜਾ ਫਸ ਗਿਆ ਸੀਗਾ, ਕੱਪੜਾ ਪਾੜ ਗਿਆ ਜੀ ਹੁਣ ਅੱਗੇ। ਬਾਕੀ ਬੱਦਲ ਦੇਖੋ ਜੀ ਕਿੰਨਾ ਜ਼ਿਆਦਾ ਚੜ੍ਹਿਆ ਆਉਂਦਾ। ਬਾਕੀ ਗੁਜਰਾਤ ਦੇ ਵਿੱਚ ਹੁਣ ਥੋੜ੍ਹੇ ਕੁ ਦਿਨ ਹੋ ਗਏ ਜੀ, ਗਰਮੀ ਬਹੁਤ ਹੀ ਜ਼ਿਆਦਾ ਤੇਜ਼ ਸੀਗੀ, ਇਸ ਕਰਕੇ ਅੱਗੇ ਫਰਵਰੀ ਦੇ ਵਿੱਚ ਕੰਮ ਚੱਲਦਾ ਨਹੀਂ ਹੁੰਦਾ ਸੀਗਾ, ਐਂਡ 'ਤੇ ਜਾ ਕੇ ਚੱਲਦਾ ਹੁੰਦਾ ਸੀਗਾ ਫਰਵਰੀ ਮਹੀਨੇ ਦੇ, ਅਤੇ ਹੁਣ ਬਹੁਤ ਹੀ ਵਧੀਆ ਮਤਲਬ ਕੰਮ ਚੱਲ ਪਿਆ ਆਪਣਾ, ਅਤੇ ਮਾਰਚ ਮਹੀਨੇ ਦੇ ਹੁਣ ਤਾਂ ਲਗਭਗ ਮੈਨੂੰ ਲੱਗਦਾ 25-25 ਦੇ ਕਰੀਬ ਜਾ ਕੇ ਕੰਮ ਖਤਮ ਹੋ ਜਾਣਾ, ਕਿਉਂਕਿ ਜਿਵੇਂ ਗਰਮੀ ਪੈਂਦੀ ਆ ਮੈਨੂੰ ਲੱਗਦਾ ਫਸਲਾਂ ਪਹਿਲਾਂ ਆ ਗਈਆਂ ਜੀ ਐਤਕੀ। ਬਾਕੀ
ਤੇ ਲਓ ਜੀ ਹੁਣ ਬੱਦਲ ਤਾਂ ਨਿੰਘਿਆ ਸੀ ਇੱਕ ਸਾਈਡ ਤੇ ਤੇ ਤੁਹਾਨੂੰ ਕੀ ਦੱਸੀਏ ਜਣ ਜੀ ਇੱਕ ਧੁੱਪ ਵੀ ਨਿਕਲੀ ਹੋਈ ਐਨ ਵਧੀਆ ਤੇ ਮੀਂਹ ਪੈਣ ਲੱਗ ਗਿਆ ਜੀ ਆ ਦੇਖੋ ਵਿੱਚ ਵਿੱਚ ਕਣੀਆਂ ਡਿੱਗਦੀਆਂ ਆ ਦੇਖੋ ਕਣੀਆਂ ਡਿੱਗਣ ਲੱਗ ਗਿਆ ਜੀ ਬਾਕੀ ਤੋਂ ਤੁਹਾਨੂੰ ਆਵਾਜ਼ ਵੀ ਸੁਣਦੀ ਹੋਣੀ ਕਿੜਕਿੜ ਦੀ ਆ ਦੇਖੋ ਕਣੀਆਂ ਡਿੱਗਣ ਲੱਗ ਗਿਆ ਜੀ ਬਹੁਤ ਮਤਲਬ ਚਲੋ ਕੋਈ ਨਹੀਂ ਇਹ ਤਾਂ ਇੰਨਾ ਕੁ ਤਾਂ ਮਾੜਾ ਮੋਟਾ ਚੱਲੇ ਹੀ ਜਾਂਦਾ ਹੁੰਦਾ ਕੰਮ ਕੋਈ ਐਡਾ ਹੈ ਹੀ ਨਹੀਂ ਇਹਦੀ ਕੋਈ ਬੜੀ ਗੱਲ ਨਹੀਂ ਹੈਗੀ ਬੱਦਲ ਨਿੰਘਿਆ ਜੀ ਸਾਈਡ 'ਤੇ ਚਲੋ ਆਪਣਾ ਬਾਕੀ ਸਾਰਾ ਕੁਛ ਕੰਮ ਓਕੇ ਆ ਅਤੇ ਆਹ ਤੁਹਾਨੂੰ ਦਿਖਾ ਦਿੰਦੇ ਹਾਂ ਚੀਜ਼ ਆਪਾਂ ਨੂੰ ਪੰਜਾਬ ਦੇ ਵਿੱਚ ਕਦੇ ਨਹੀਂ ਦੇਖਣ ਨੂੰ ਮਿਲੀ ਜਿਹੜੀਆਂ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਅਡਾਰੀਆਂ ਭਰਦੇ ਹੁੰਦੇ ਸੀਗੀਆਂ ਚੀਲ ਪਤਾ ਨਹੀਂ ਕੀ ਕਹਿੰਦੇ ਹੁੰਦੇ ਸੀਗੇ ਜੀ ਜੇ ਤੁਹਾਨੂੰ ਨਿਗਾਹ ਪੈਂਦੀ ਹੋਵੇ ਤਾਂ ਦੇਖੋ ਜ਼ਰੂਰ ਆਹ ਦੇਖੋ ਜੀ ਗਲਜਾਂ ਦੀਆਂ ਜਿਹੜੇ ਲਾਈਨਾਂ ਬਣਾ ਕੇ ਉੱਡਦੇ ਹੁੰਦੇ ਸੀ ਇਹ ਹੁਣ ਉਹ ਚੀਜ਼ ਆਪਣੇ ਇੱਧਰ ਪੰਜਾਬ 'ਚ ਦੇਖਣ ਨੂੰ ਨਹੀਂ ਮਿਲਦੀ ਜੀ ਦੇਖੋ ਅਤੇ ਬੱਦਲਾਂ ਦੇ ਕਾਰਨ ਜੀ ਦੇਖੋ ਮੀਂਹ ਕਿੰਨਾ ਆ ਗਿਆ ਮੀਂਹ ਪੈਣ ਲੱਗ ਗਿਆ ਜੀ ਦੇਖੋ ਵਢਾਈ ਚੱਲ ਰਹੀ ਆ ਚੱਲਦੀ ਮਸ਼ੀਨ ਅਤੇ ਮੀਂਹ ਦੇ ਵਿੱਚ ਹੀ ਚੱਲ ਰਹੀ ਆ ਦੇਖੋ ਰੱਬ ਦੇ ਰੰਗਾਂ ਨੂੰ ਕੋਈ ਨਹੀਂ ਟਾਲ ਸਕਦਾ ਦੇਖੋ ਜੀ ਤੁਹਾਨੂੰ ਭਰਾਵੋ ਦੇਖਦੇ ਹੀ ਹੋਣਾ ਬਰੀਕ ਬਰੀਕ ਕਣੀਆਂ ਆ ਲਓ ਜੀ ਹੁਣ ਦੇਖ ਲਓ ਇੱਕ ਪਾਸੇ ਮਸ਼ੀਨ ਚੱਲ ਰਹੀ ਹੈ ਜੀ ਬਸ ਡਿੱਗਾ ਕੇ ਰਹਿ ਗਿਆ ਡਿੱਗੇ ਤੋਂ ਵੀ ਘੱਟੇ ਦਾ ਬਾਈ ਮੀਂਹ ਦੇ ਵਿੱਚ ਗਿੱਲਾ ਹੋ ਗਿਆ ਜੀ ਮੀਂਹ ਆ ਗਿਆ ਜੀ ਵਿੱਚੇ ਚੱਲਦੀ ਮਸ਼ੀਨ 'ਤੇ ਦੇਖੋ ਜੀ ਕੱਪੜੇ ਬਿਲਕੁਲ ਭਿੱਜ ਗਏ ਨੇ ਆਪਣਾ ਭੋਲਾ ਬਾਈ ਬੈਠਾ ਜੀ ਨਜ਼ਾਰਾ ਗੁਜਰਾਤ ਦੀ ਗਰਮੀ ਗੁਜਰਾਤ ਦੀ ਗਰਮੀ ਉਨੀ ਜ਼ਿਆਦਾ ਮੀਂਹ ਹੈ ਆ ਗਿਆ ਜੀ ਰੱਬ ਦੇ ਰੰਗਾਂ ਨੂੰ ਕੋਈ ਨਹੀਂ ਟਾਲ ਸਕਦਾ ਇੱਕ ਪਾਸੇ ਬਿਲਕੁਲ ਸਾਫ਼ ਪਿਆ ਇੱਕ ਪਾਸੇ ਬੱਦਲ ਸੀਗਾ ਜਿਹੜਾ ਤੁਹਾਨੂੰ ਆਪਾਂ ਪਹਿਲਾਂ ਦਿਖਾਇਆ ਸੀਗਾ ਉਹ ਪਰਲੀ ਸਾਈਡ ਨੂੰ ਨਿੰਘਿਆ ਅਤੇ ਹਜੇ ਵੀ ਮੀਂਹ ਪੈ ਰਿਹਾ ਅਤੇ ਬੱਦਲ ਹਜੇ ਇੰਨਾ ਹੈ ਨਹੀਂ ਬਿਲਕੁਲ ਸਾਫ਼ ਜਿਹੇ ਆ ਅਤੇ ਮਾੜਾ ਮੋਟਾ ਕਿਣਮਿਣ ਆ ਗਈ ਜੀ ਬਹੁਤ ਜ਼ਿਆਦਾ ਵਿੱਚ ਦੱਸਿਆ ਸੀਗਾ ਜੀ ਵੀ ਹੋਲੀ ਤੱਕ ਮੀਂਹ ਪਊਗਾ ਅਤੇ ਮੀਂਹ ਬਹੁਤ ਜ਼ੋਰਾਂ 'ਤੇ ਪੈ ਰਿਹਾ ਜੀ ਦੇਖੋ ਵੱਟਾਂ ਕਿੱਡੀਆਂ ਅਤੇ ਬਹੁਤ ਹੀ ਜ਼ਿਆਦਾ ਦੁੱਖ ਦੀ ਗੱਲ ਆ ਕਿਉਂਕਿ ਲਓ ਜੀ ਮੀਂਹ ਬਹੁਤ ਤੇਜ਼ ਆ ਹੈਗਾ ਸਰਾਟਾ ਜੀ ਆ ਬਾਈ ਹੈ ਭੋਲੇ ਬਾਈ ਹੈਗਾ ਸਰਾਟਾ ਜੀ ਆ ਚੜ ਗਈ ਬਈ ਕਰਦੇ ਹਾਂ ਅਤੇ ਨਾਜਰ ਬਾਈ ਲੱਗਿਆ ਪਾਠ ਕਰਨ ਦੁਪਹਿਰ ਦਾ ਸਮਾਂ ਜੀ ਦੇਖੋ ਘੁੰਡ ਕੱਢੀ ਬੈਠਾ ਚਲੋ ਭਾਈ ਵੱਢਿਆ ਗਿਆ ਮਸ਼ੀਨ ਵਾਲਾ ਹੱਕਾਂ ਮਾਰਦਾ ਕਹਿੰਦਾ ਵੱਢਿਆ ਗਿਆ ਆ ਜਾਓ ਹੁਣ ਲਓ ਜੀ ਪਾਠ ਖਤਮ ਹੋ ਗਿਆ ਆਹ ਦੇਖੋ ਜੀ ਬਸ ਫੋਨ ਲਈ ਬੈਠਾ ਬਾਈ ਸਭ ਫੜੇ ਜਾਣਗੇ ਜੀ ਸਭ ਫੜੇ ਜਾਣਗੇ ਹਾਂ ਭੋਲੇ ਬਾਈ ਤੂੰ ਆਏ ਬੈਠਾ ਕਹਿੰਦਾ ਕਾਲਾ ਜਿਹਾ ਗੁਜਰਾਤੀ ਗੁਜਰਾਤ ਸਿੰਘ ਬਹੁਤ ਬੜੇ ਬੜੇ ਨੇ ਜੀ ਇਹ ਦਿੱਲੇ ਬੜਨਾਂ ਦੇ ਮੁੜਮੇ ਸਿੰਘ ਪੈਟ ਪਾੜ ਗਈ ਯਾਰ ਤੇਰੀ ਨਾਮ ਦਾ ਲਾ ਜਾ ਕੇ ਫੈਵੀ ਗੋਲ ਨਾਲ ਗਰੀਬੀ ਗੁਜਰਾਤੀ ਛੇ ਨਾਜਰ ਵਿੱਚ ਭੇਡਾਂ ਬੱਕਰੀਆਂ ਆਪਣਾ ਚਾਰਾ ਚੁਗਦੀਆਂ ਨੇ ਅਤੇ ਬਹੁਤ ਟਾਈਮ ਬਾਅਦ ਦੇਖਣ ਨੂੰ ਮਿਲੀਆਂ ਨੇ ਕਿਉਂਕਿ ਇਸੇ ਬੱਕਰੀਆਂ ਦੁੱਧ ਨਾਲ ਹੀ ਇਹ ਆਪਣਾ ਗੁਜ਼ਾਰਾ ਕਰਦੇ ਨੇ ਅਤੇ ਇੱਕ ਪਾਸੇ ਪਰਿਵਾਰ ਵਸਿਆ ਹੋਇਆ ਦੇਖੋ ਇਹਨਾਂ ਦੀਆਂ ਬੱਕਰੀਆਂ ਨੇ ਲਓ ਜੀ ਅਤੇ ਹੁਣ ਸ਼ਾਮ ਦੇ 5 ਵੱਜ ਗਏ ਨੇ 5:15 ਦਾ ਟਾਈਮ ਆ ਅਤੇ ਮੋਦੀ ਦੇ ਇਲਾਕੇ ਦੇ ਵਿੱਚ ਸੜਕਾਂ ਦਾ ਕੰਮ ਚੱਲਦਾ ਹੁਣ ਕੀ ਕਹੀਏ ਗੁਜਰਾਤ ਦੇ ਬਹੁਤ ਹੀ ਟੁੱਟੇ ਫੁੱਟੇ ਰਸਤੇ ਨੇ ਸੜਕਾਂ ਨਵੀਆਂ ਬਣਾਉਣ ਲੱਗਿਆ ਮੋਦੀ ਅਤੇ ਹਮੇਸ਼ਾ ਦੀ ਤਰ੍ਹਾਂ ਭੋਲੇ ਬਾਈ ਉਹਨੀ ਨਾਜਰ ਬਾਈ ਪਰਲੀ ਸਾਈਡ ਖੜਾ
ਤੇ ਸਾਡੇ ਲੇਬਰ ਵਾਲੇ ਉੱਤੇ ਖੜੇ ਨੇ ਲਓ ਜੀ ਜੇ ਸੀ ਪੀ ਵਾਲਾ ਮੂਹਰੇ ਮੂਹਰੇ ਪੱਧਰ ਕਰਦਾ ਜਾਂਦਾ ਮੂਹਰਲਾ ਟਾਪਾ ਜਿਹਾ ਥੱਲੇ ਕਰਕੇ ਵੀ ਚਲੋ ਰਾਸਤਾ ਬਣਾਈਏ ਅਤੇ ਦੀਪਾ ਬਾਈ ਮਸ਼ੀਨ ਲਈ ਜਾਂਦਾ ਸੀਗਾ ਹੁਣ ਆਪਾਂ ਚੱਲਿਆ ਹੁਣ ਹੋਰ ਪਾਸੇ ਵੱਢਣ ਤਾਂ ਲਓ ਜੀ ਦੇਖੋ ਆਪਣੀ ਮਸ਼ੀਨ ਖਾਈ ਆਪਣੇ ਇੱਕ ਸਾਈਡ 'ਤੇ ਖਾਈ ਪੈਂਦੀ ਆ ਵਿਚਾਲੇ ਸੜਕਾਂ ਕਰਦੇ ਕਰਦਾ ਠਾਲਦਾ ਜਾਂਦਾ ਜੀ ਕਰਦੇ ਕਰਦਾ ਅਤੇ ਹਵਾ ਬਹੁਤ ਚੱਲ ਪਈ ਜੀ ਹਨੇਰੀ ਹੈ ਬਹੁਤ ਆ ਗਈ ਅਤੇ ਅੱਜ ਸਵੇਰ ਦੇ ਹੀ ਲਗਭਗ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਸੀਗਾ ਅਤੇ ਦੇਖੋ ਹਵਾ ਕਿੰਨੀ ਤੇਜ਼ ਚੱਲ ਰਹੀ ਆ ਅਤੇ ਕਰਦਾ ਬਹੁਤ ਹੀ ਜ਼ਿਆਦਾ ਤੇਜ਼ ਅੱਗੇ ਨੂੰ ਜਾ ਰਿਹਾ ਅਤੇ ਹਵਾ ਬਹੁਤ ਤੇਜ਼ ਆ ਜੀ ਰਾਤ ਨੂੰ ਮੌਸਮ ਖਰਾਬ ਹੋ ਗਿਆ ਜੀ ਰਾਤ ਨੂੰ ਮੌਸਮ ਖਰਾਬ ਹੋ ਗਿਆ ਕੀ ਕਰੀਏ ਪਰ ਮੇਰੇ ਪਰਮਾਤਮਾ ਵੀ ਨਾ ਪਾਈ ਅਤੇ ਰਾਤ ਦਾ ਸਮਾਂ ਹੋ ਗਿਆ ਜੀ ਆਪਣੀ ਮਸ਼ੀਨ ਚੱਲਦੀ ਆ ਵਧੀਆ ਟਾਈਮ ਹੈਗਾ 8 ਵਜੇ ਦਾ ਟਾਈਮ ਆ ਅਤੇ ਹਵਾ ਬਹੁਤ ਜ਼ਿਆਦਾ ਹੀ ਚੱਲਦੀ ਆ ਅਤੇ ਬਾਕੀ ਤੁਹਾਨੂੰ ਅਸੀਂ ਮੌਸਮ ਦਿਖਾ ਦਿੰਦੇ ਹਾਂ ਬਹੁਤ ਜ਼ਿਆਦਾ ਮਤਲਬ ਮੌਸਮ ਖਰਾਬ ਆ ਗੁਜਰਾਤ ਦੇ ਵਿੱਚ ਮੈਨੂੰ ਲੱਗਦਾ ਮੀਂਹ ਪਊਗਾ ਅਤੇ ਚਲੋ ਠੀਕ ਆ ਜੀ ਅੱਜ ਦਾ ਬਲੌਗ ਆਪਾਂ ਇੱਥੇ ਤੱਕ ਰੱਖਦੇ ਹਾਂ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਕੱਲ੍ਹ ਦੇ ਬਲੌਗ ਦੇ ਵਿੱਚ